ਜੀ ਚੈਨਲ ਨੂੰ ਸਬਸਕ੍ਰਾਈਬ ਅਤੇ ਨਾਲ ਲੱਗੇ ਘੰਟੀ ਦੇ ਬਟਨ ਨੂੰ ਜ਼ਰੂਰ ਦਬਾ ਦਿਓ ਤਾਂ ਜੋ ਦੁਨੀਆ ਦੀ ਹਰ ਖਬਰ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ। ਸਤਿ ਸ਼੍ਰੀ ਅਕਾਲ ਦੋਸਤੋ, ਸਭ ਤੋਂ ਪਹਿਲਾਂ ਤੁਹਾਡਾ ਦੇਸੀ ਧੜਕ ਵਿੱਚ ਬਹੁਤ ਬਹੁਤ ਸਵਾਗਤ ਹੈ। ਅੱਜ ਆਪਾਂ ਤੁਹਾਡੇ ਸਾਹਮਣੇ ਬਹੁਤ ਹੀ ਵੱਡੀ ਖਬਰ ਦਾ ਖੁਲਾਸਾ ਕਰਨ ਜਾ ਰਹੇ ਹਾਂ। ਜਿੱਦਾਂ ਤੁਸੀਂ ਦੇਖਿਆ ਹੋਣਾ ਕਿ ਸੋਸ਼ਲ ਮੀਡੀਆ 'ਤੇ ਫੇਸਬੁੱਕ 'ਤੇ ਇੱਕ ਬਹੁਤ ਹੀ ਵੱਡੀ ਪੋਸਟ ਵਾਇਰਲ ਹੋ ਰਹੀ ਹੈ। ਇਹ ਪੋਸਟ ਕਈ ਨਾਮੀ ਵੈਬਸਾਈਟਾਂ ਨੇ ਆਪਣੇ ਵੈਬ 'ਤੇ ਆਰਟੀਕਲ ਪਾਇਆ ਸੀ ਕਿ ਹਰਮਨ ਚੀਮੇ ਦਾ ਅਗਲਾ ਗਾਣਾ ਜੈਕੀ, ਜੋ ਕਿ ਬਹੁਤ ਹੀ ਜਲਦ ਆ ਰਿਹਾ, ਜਿਸ ਵਿੱਚ ਬਹੁਤ ਹੀ ਵੱਡੇ ਰੈਪਰ ਅਤੇ ਰੈਪ ਦੇ ਬਾਦਸ਼ਾਹ ਦਾ ਨਾਮ ਜੋੜਿਆ ਗਿਆ। ਜੀ ਹਾਂ, ਤੁਸੀਂ ਸਹੀ ਪਛਾਣਿਆ, ਉਸ ਰੈਪਰ ਦਾ ਨਾਮ ਹੈ ਬੋਹੀਮੀਆ। ਜਦੋਂ ਇਹ ਖਬਰ ਸਾਨੂੰ ਸੁਣਨ ਵਿੱਚ ਆਈ ਤਾਂ ਸਾਨੂੰ ਥੋੜ੍ਹਾ ਜਿਹਾ ਇਸ ਖਬਰ 'ਤੇ ਸ਼ੱਕ ਹੋਇਆ ਅਤੇ ਉਸੇ ਟਾਈਮ ਅਸੀਂ ਇਸ ਖਬਰ ਦੀ ਜਾਂਚ ਪੜਤਾਲ ਕੀਤੀ ਅਤੇ ਜਾਂਚ ਪੜਤਾਲ ਕਰਨ ਤੋਂ ਬਾਅਦ ਇੱਕ ਵੱਡਾ ਖੁਲਾਸਾ ਸਾਹਮਣੇ ਆਇਆ ਕਿ ਜੋ ਇਹ ਵੈਬ 'ਤੇ ਪੋਸਟ ਵਾਇਰਲ ਹੋ ਰਹੀ ਹੈ ਬਿਲਕੁਲ ਸਾਰਾ ਝੂਠ ਹੈ। ਇਹ ਲੋਕਾਂ ਨੂੰ ਗੁੰਮਰਾਹ ਅਤੇ ਮਿਸਲੀਡ ਕੀਤਾ ਜਾ ਰਿਹਾ। ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਇਹ ਕੱਲ੍ਹ ਖਬਰ 10 ਵਜੇ ਪੋਸਟ ਹੋਈ ਸੀ। ਸੋ ਵੀਰੋ, 12-13 ਘੰਟੇ ਵਿੱਚ ਹੀ ਇਸਨੂੰ 73,000 ਬੰਦੇ ਨੇ ਦੇਖਿਆ। ਸੋ ਵੀਰੋ, ਇਹ ਬਹੁਤ ਹੀ ਹੈਰਾਨੀ ਅਤੇ ਵੱਡੀ ਗੱਲ ਹੈ ਅਤੇ ਇਸ ਪੋਸਟ ਵਿੱਚ ਅਜਿਹਾ ਕੁਝ ਵੀ ਨਹੀਂ ਸੀ। ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ, ਸਾਫ਼ ਸਾਫ਼ ਹਰਮਨ ਚੀਮੇ ਦੀ ਫੋਟੋ ਕੱਟ ਕੇ ਬੋਹੀਮੀਆ ਦੇ ਨਾਲ ਲਗਾ ਦਿੱਤੀ ਗਈ ਹੈ ਅਤੇ ਉਸਦਾ ਪੋਸਟਰ ਬਣਾ ਦਿੱਤਾ ਹੈ ਕਿ ਇਸਦਾ ਗਾਣਾ ਜੈਕੀ ਨਾਲ ਆ ਰਿਹਾ। ਤੁਹਾਨੂੰ ਇਸ ਪੋਸਟ ਵਿੱਚ ਨਾ ਹੀ ਕੋਈ ਵੱਡੇ ਸਬੂਤ ਅਤੇ ਨਾ ਹੀ ਕੋਈ ਵੀਡੀਓ ਮਿਲੇਗੀ ਅਤੇ ਹੋਰ ਤਾਂ ਹੋਰ ਹਰਮਨ ਚੀਮੇ ਅਤੇ ਇੰਦਰ ਭੰਡੋਰੀ ਨੇ ਵੀ ਕੋਈ ਇਸ ਖਬਰ ਦਾ ਖੁਲਾਸਾ ਨਹੀਂ ਕੀਤਾ। ਅਤੇ ਮੇਰੀ ਇਸ ਵੈਬਸਾਈਟ ਵਾਲੇ ਵੀਰ ਨੂੰ ਵੀ ਬੇਨਤੀ ਹੈ ਕਿ ਥੋੜ੍ਹੇ ਜਿਹੇ ਵਿਊ ਲੈਣ ਦੇ ਚੱਕਰਾਂ ਵਿੱਚ ਕਿਸੇ ਦਾ ਨਾਮ ਯੂਜ਼ ਕਰਕੇ ਲੋਕਾਂ ਨੂੰ ਗੁੰਮਰਾਹ ਨਾ ਕੀਤਾ ਜਾਵੇ। ਸੋ ਇਸ ਪੋਸਟ ਨੂੰ ਜਲਦ ਤੋਂ ਜਲਦ ਰਿਮੂਵ ਕੀਤਾ ਜਾਵੇ। ਸੋ ਵੀਰੋ, ਅੱਜ ਲਈ ਇੰਨਾ ਹੀ, ਜਲਦੀ ਮਿਲਾਂਗੇ ਹੋਰ ਨਵੀਂ ਵੀਡੀਓਜ਼ 'ਤੇ ਹੋਰ ਨਵੇਂ ਅਪਡੇਟਸ ਨਾਲ, ਅਤੇ ਇੱਦਾਂ ਹੀ ਕਰਦੇ ਰਹਾਂਗੇ ਵੱਡੀਆਂ ਖਬਰਾਂ ਦੇ ਖੁਲਾਸੇ। ਦੇਖਦੇ ਰਹੋ ਦੇਸੀ ਤੜਕਾ। ਧੰਨਵਾਦ।